ਤੁਹਾਡੇ ਤਿੰਨ ਪੁੱਤਰ ਨੇ, ਇੱਕ ਪੁੱਤਰ, ਦੂਸਰਾ ਪੁੱਤਰ, ਤੀਸਰਾ ਪੁੱਤਰ, ਤੇ ਤਿੰਨੋਂ ਮੈਦਾਨ ਵਿੱਚ ਖੇਡਣਾ ਚਾਹੁੰਦੇ ਹਨ। ਇੱਕ ਪੁੱਤਰ ਨੂੰ ਤੁਸੀਂ 19 ਸਾਲ ਦੇ ਦਿੱਤੇ ਮੈਦਾਨ ਵਿੱਚ ਖੇਡਣ ਨੂੰ, ਦੇਖ ਲਿਆ ਕਿ ਕਿਸ ਤਰ੍ਹਾਂ ਦਾ ਖੇਡਦੇ ਹਨ। ਦੂਸਰੇ ਨੂੰ ਇਸ ਤੋਂ ਵੱਧ ਦੇ ਦਿੱਤਾ ਸਮਾਂ ਕਿ ਤੂੰ ਮੈਦਾਨ ਵਿੱਚ ਖੇਡ ਲੈ। ਤੀਸਰੇ ਪੁੱਤਰ ਨੂੰ ਮੌਕਾ ਹੀ ਨਹੀਂ ਦੇ ਰਹੇ। ਇੱਕ ਮੌਕਾ ਤਾਂ ਦਿਓ ਕਿ ਪੰਜਾਬ ਦੇ ਮੈਦਾਨ ਵਿੱਚ ਇੱਕ ਵਾਰ ਖੇਡਣ ਦਾ। ਆਪ ਜੀ ਦੀ ਵੋਟ ਹੈ, ਆਪ ਨੂੰ ਤਾਂ ਪਾਉਣੀ ਚਾਹੀਦੀ ਹੈ।